ਗੁੱਡ ਮਾਰਨਿੰਗ ਟੀਮ ਸਿਕਨੋਮਿਕਸ ਮੈਂ ਡਾਕਟਰ ਕੁਲਵੀਰ ਅੱਜ 14 ਨਵੰਬਰ 2023 ਗੱਲ ਕਰਦੇ ਆ ਗੋਲਡ ਐਨਾਲਿਸਿਸ ਦੀ 5 ਮਿੰਟਸ ਸੋ ਜਿਵੇਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਗੋਲਡ ਇਸ ਵੇਲੇ ਡਾਊਨ ਟ੍ਰੈਂਡ 'ਚ ਸੀਗਾ ਬਟ ਐਨੀ ਹਾਊ ਐਟ ਸਮ ਪੁਆਇੰਟਸ ਗੋਲਡ ਨੇ ਜਿਹੜਾ ਹੈਗਾ ਹਾਲਟ ਕੀਤਾ ਵੇਰੀਅਸ ਫੈਕਟਰਸ ਜਿਹੜੇ ਹੈਗੇ ਆ ਗੋਲਡ ਦੀ ਮੂਵਮੈਂਟ ਨੂੰ ਇਫੈਕਟ ਕਰ ਰਹੇ ਨੇ ਮੇਨਲੀ ਜਿਹੜਾ ਹੈਗਾ ਉਹ ਇਜ਼ਰਾਈਲ ਪੈਲੇਸਟਾਈਨ ਕਨਫਲिक्ट ਸੋ ਅੱਜ ਦੀ ਨਿਊਜ਼ ਦੀ ਗੱਲ ਕਰਦੇ ਆ ਕੋਰ ਸੀਪੀਆਈ ਨਿਊਜ਼ ਹੈਗੀ ਹੈ ਮੰਤਰੀ ਅੰਡਰਲੀ 7 ਵਜੇ ਇੰਡੀਆ ਦੇ ਸੋ ਥਰੀ ਸਟਾਰ ਨਿਊਜ਼ ਹੈ ਇੰਪੋਰਟੈਂਟ ਹੋਏਗੀ ਮੂਵਮੈਂਟ ਦੇਖੀ ਕੋਲਡ ਨੂੰ ਅਪਰ ਡਾਉਨ ਸਾਈਡ ਓਕੇ ਸੋ ਇਸ ਵੇਲੇ ਅਸੀਂ ਕੰਰੰਟਲੀ ਦੇਖ ਸਕਦੇ ਹਾਂ ਦਿੱਲੀ ਕੈਂਡਲ ਦੇ ਵਿੱਚ 골ਡ ਆ ਕੇ ਇੱਕ ਰੈਜ਼ਿਸਟੈਂਸ ਲੈਵਲ ਤੇ ਸੈਟਲ ਹੋਇਆ ਓਕੇ ਆ ਬੜਾ ਤੁਸੀਂ ਲੈਵਲ ਦੇਖ ਸਕਦੇ ਹੋ ਰਿਸਟੈਂਸ ਹੈਗਾ ਠੀਕ ਹੈ ਇੱਥੇ ਨੇ ਇੱਕ ਵਾਪਸੀ ਕੀਤੀ ਪਿਛਲੇ ਦਿਨ ਦਿਨਾਂ ਚ ਅੱਜ ਨੂੰ ਮਿਲਾ ਕੇ ਡਾਉਨ ਸਾਈਡ ਵਿਕਸ ਨੇ ਮੀਨਸ ਡਾਉਨ ਸਾਈਡ ਤੋਂ ਅਪਸਾਈਡ ਦਾ ਪ੍ਰੈਸ਼ਰ ਹੈ ਸੋ ਜੇ 골ਡ ਨੂੰ ਥੋੜਾ ਜਿਹਾ ਵੀ ਕੋਈ ਐਕਸਕਿਊਜ਼ ਮਿਲਦਾ ਹੈਗਾ ਪੋਜ਼ਿਟਿਵ ਐਕਸਕਿਊਜ਼ ਸੋ 골ਡ ਜਿਹੜਾ ਹੈਗਾ ਉਹ ਅਪਸਾਈਡ ਦੀ ਇੱਕ ਮੂਮੈਂਟ ਲੈ ਸਕਦਾ ਹੈ ਓਕੇ ਸੋ 골ਡ ਦੀ ਅਸੀਂ ਅਪਸਾਈਡ ਦੀ ਮੂਵਮੈਂਟ ਵੀ ਇਸ ਵੇਲੇ ਦੇਖ ਸਕਦੇ ਹਾਂ ਐਟ ਲੀਸਟ 1987 ਤੱਕ ਸੋ ਕਿਵੇਂ ਅਸੀਂ ਬਾਇ ਕਰਨਾ ਕਿਵੇਂ ਸੈਲ ਕਰਨਾ ਇਹ ਆਪਣਾ ਸਮਾਲ ਟਾਈਮ ਫਰੇਮ 'ਚ ਦੇਖਦੇ ਹਾਂ ਇਹ ਸਾਨੂੰ ਅੰਦਾਜ਼ਾ ਹੈ ਕਿ ਇਸ ਵੇਲੇ 골ਡ ਹਾਲਟ ਹੋਇਆ ਓਕੇ ਫੰਡਾਮੈਂਟਲ ਡਵੈਲਪਮੈਂਟ 골ਡ ਨੂੰ ਜਿਹੜਾ ਹੈਗਾ ਉਹ ਕੋਈ ਡਿਫਰੈਂਟ ਮੂਵ ਤਾਂ ਦੇ ਸਕਦੀ ਹੈ 골ਡ ਇਸ ਵੇਲੇ ਰੈਜ਼ਿਸਟੈਂਸ ਤੇ ਵੀ ਬੱਠਾ ਹੈ ਸਮਾਲ ਟਰਮ ਰੈਜ਼ਿਸਟੈਂਸ ਫੇਸ ਦੇ ਉੱਤੇ ਓਕੇ तुम देख सकते हो कि पिछलियाँ जड़ी है, है चार आवर्स दैंडल्स बहुत छोटी छोटे कैंडल्स ने कल कोई खास मूवमेंट नहीं रही गोल्ड की सारा दिन शाम टाइम क्लोजिंग वेले गोल्ड जोड़ा है नाइनटी फिफ्टी इन्हें टू हंड्रड पिप्स की कोई मूवमेंट लीती उस बाद तो गोल्ड वॉल्यूम नहीं है एक्चुअली ऑर्डर नहीं है तो देख सकते हो कोई खास वॉल्यूम नहीं है गोल्ड सो पिछले ट्वेल्व आवरस तो फिर हूँ यह कि हो सकता है ਤੋ ਅਸੀਂ ਇੱਥੇ ਰੈジਸਟੈਂਸ ਮਾਰਕ ਕਰਨਾ ਹੈ ਇਥੇ ਅਸੀਂ ਬਾਈ ਮਾਰਕ ਕਰਨਾ ਹੈ ਸਪੋਰਟ ਮਾਰਕ ਨਹੀਂ ਹੈ ਮਾਰਕ ਆਲਰੇਡੀ ਹੈਗਾ ਸੋ ਅਸੀਂ ਇਹਨ ਇੱਕ ਜ਼ੋਨ ਬਣਾ ਲੈਣਾ ਹੈ ਓਕੇ ਆਪਾਂ ਇਹਨੂੰ ਜ਼ੋਨ ਮਾਰਕ ਕਰਦੇ ਹਾਂ ਜ਼ੋਨ ਮਾਰਕ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਕਿਵੇਂ ਅਪਸਾਈਡ ਬ੍ਰੇਕ ਹੁੰਦਾ ਹੈ ਹੁਣ ਸਾਡੇ ਕੋਲ ਦੋ ਸਨਾਰੀਓ ਨੇ ਜਾਂ ਤਾਂ ਆਪਾਂ ਇਹਦੇ ਇਹਦੇ ਅਪਸਾਈਡ ਬ੍ਰੇਕ ਹੋਣ ਦਾ ਵੇਟ ਕਰੀਏ ਓਕੇ ਬਾਈ ਦੇ ਲਈ ਜਾਂ ਸਾਡੇ ਕੋਲ ਤੁਝ ਸਾਰੇ ਕਾਸੀਂ ਤੇ ਨੀਚੇ ਆਉਣ ਦਾ ਵੇਟ ਕਰੀਏ ओके okay, सेल ना ਕਰਦੇ ਹੋਏ ਕਿਉਂਕਿ ਸੋ 9037 ਤੇ ਜਿੱਥੇ ਵੀ 골 ਜਾਏਗਾ ਅਸੀਂ ਉਹਨੂੰ ਬਾਇ ਕਰਨ ਦੀ ਕੋਸ਼ਿਸ਼ ਕਰਨ ਕਰਾਂਗੇ ਡਿਪੈਂਡ ਕਰਦਾ ਹੈ ਕਿ ਇਹ ਜਿਹੜੇ ਦੋ ਜ਼ੋਨਸ ਨੇ ਰੈਜ਼ਿਸਟੈਂਸ ਤੇ ਸਪੋਰਟ ਇੱਥੇ 골 ਇੱਥੇ ਕੈਂਡਲਸ ਕਿਵੇਂ ਪ੍ਰਾਈਸ ਰਿਐਕਟ ਕਰਦਾ ਹੈ ਸੋ ਉਦੋਂ ਅਸੀਂ ਡਿਸਾਈਡ ਕਰਨਾ ਕਿ ਅਸੀਂ ਬਾਇ ਕਰਨਾ ਜਾਂ ਸੇਲ ਕਰਨਾ ਸੋ 1 ਆਵਰ ਚ ਦੇਖੀਏ ਜੇ 1 ਆਵਰ ਦੇ ਵਿੱਚ ਵੀ ਰੈਜ਼ਿਸਟੈਂਸ ਹੈਗਾ ਸੋ ਵੋਲਿਊਮ ਨਾ ਹੋਣ ਕਰਕੇ ਕੋਈ ਵੀ ਕਲੀਅਰ ਡਾਇਰੈਕਸ਼ਨ ਨਹੀਂ ਹੈ ओके okay. बट जे अपसाइड ब्रेक ਹੁੰਦਾ ਇਟ ਮੀਨਸ ਰਜਿਸਟੈਂਸ ਇੱਕ ਕਨਸੋਲਿਡੇਸ਼ਨ ਤੋਂ ਬਾਅਦ ओके ਅਗਰ ਰਜਿਸਟੈਂਸ ਉੱਤੇ ਹੈਗਾ ਲੋ ਵੋਲੀਅਮ ਦੇ ਵਿੱਚ ਇਟ ਮੀਨਸ देयर इज नो ਇੰਟਰਸਟ ਇਨ ਬਾਇਰਸ অর ਸੈਲਰਸ ਸੋ ਲੋ ਵੋਲੀਅਮ ਜਿਹੜਾ ਹੈਗਾ ਇਹ ਦੱਸ ਰਿਹਾ ਸੋ ਜਿਵੇਂ ਹੀ ਇਹ ਬ੍ਰੇਕ ਹੁੰਦਾ ਹੈ ਤਾਂ ਵਧੀਆ ਮੂਵਮੈਂਟ ਮਿਲੇਗੀ ਤੁਹਾਨੂੰ 90 न, uh, 66 ਤੱਕ ਮਿਲੇਗੀ ਫਿਰ ਤੁਹਾਨੂੰ 90 87 ਤੱਕ ਵੀ ਜਾ ਸਕਦੇ ਹੋ ओके ਕਿਉਂਕਿ 9050 ਦਾ ਸਾਈਕੋਲੋਜੀਕਲ ਲੈਵਲ ਇਸ ਵੇਲੇ ਇਹਨੂੰ ਰੋਕ ਕੇ ਬੈਠਾ ਹੈ ओके ਸੋ so, 30 ਮਿੰਟਸ ਦੇਖਦੇ ਆ 30 ਮਿੰਟ ਸੇਮ ਸਿਨੈਰੀਓ ਹੈਗਾ ਕਨਸੋਲਿਡੇਸ਼ਨ ਡਾਊਨਸਾਈਡ ਵਾੜ ਨਹੀਂ ਦੇ ਰਿਹਾ ਅਪਸਾਈਡੋ ਜਾ ਨਹੀਂ ਰਿਹਾ ਸੋ ਵੇਟ ਕਰੋ ਮੂਮੈਂਟ ਦੀ ਕਿਵੇਂ ਕੋਲ ਅਗਰ ਡਾਊਨ ਆਂਦਾ ਹੈ ਫਿਰ ਸ਼ੋਰ ਇੱਥੇ ਇੱਕ ਬਾਇ ਕਰੋ ਓਕੇ ਕੋਈ ਖਾਸ ਨਿਊਜ਼ ਨਾ ਹੋਵੇ ਇਸ ਵੇਲੇ ਨੋਰਮਲ ਰਹੇਗਾ ਅਗਰ ਇਸ ਵੇਲੇ ਕੋਲ ਇੱਥੇ ਆਂਦਾ ਹੈ ਓਕੇ ਸੋ ਇੱਥੇ ਆ ਕੇ ਵੀ ਤੁਸੀਂ ਬਾਇ ਕਰ ਸਕਦੇ ਹੋ ਨੀਚੇ ਆਣ ਦਾ ਵੇਟ ਨਾ ਕਰੋ ਸੈਲ ਦੇ ਵਿੱਚ ਸਿਨੈਰੀਓ ਇਹ ਹੈਗਾ ਇਸ ਸੈਲ ਦੇ ਵਿੱਚ ਅਗਰ ਇੱਥੋਂ ਕੋਈ ਇਨਗਲਫਿੰਗ ਕੈਂਡਲ ਵੱਡੀ ਬਣਦੀ ਹੈਗੀ ਅਪਸਾਈਡ 'ਚ ਆ ਕੇ ਪ੍ਰੀਵੀਅਸ ਜਿਹੜਾ ਸਵਿੰਗ ਹਾਈ ਦੇ ਤਕਰੀਬਨ ਜਾ ਕੇ ਫਿਰ ਤੁਸੀਂ ਇਸ ਸੈਲ ਦਾ ਹੋ ਸਕਦੇ ਹੋ ਕਿੱਥੇ ਤੱਕ 9037 ਤੱਕ 9035 ਤੱਕ ਜਿਵੇਂ ਕਿ ਦੱਸਿਆ ਗਿਆ ਹੈ ਠੀਕ ਹੈ ਸੋ ਐਵੇਂ ਟ੍ਰੇਡ ਕਰੋ ਸੇਫਲੀ ਰਿਸਕ ਨਾ ਲਓ ਪ੍ਰੈਕਟਿਸ ਕਰਦੇ ਰਹੋ ਠੀਕ ਹੈ ਪ੍ਰੈਕਟਿਸ ਹੀ ਤੁਹਾਡਾ ਜਿਹੜਾ ਹੈਗਾ ਤੁਹਾਨੂੰ ਇੱਕ ਨੈਕਸਟ ਲੈਵਲ ਤੱਕ ਲੈ ਕੇ ਜਾਏਗੀ ਬਾਕੀ ਸ਼ਾਮੀ ਮਿਲਦੇ ਆਂ ਜੀ ਲਾਈਵ ਸਟੇਸ਼ਨ ਤੇ ਸੋ ਵੰਜ ਮਿੰਟਸ ਦੇਖਦੇ ਆ ਠੀਕ ਹੈ 5 ਮਿੰਟਸ ਇੱਕ ਲੌਂਗ ਲੌਂਗ ਕਨਸੋਲਿਡੇਸ਼ਨ ਰੇਂਜ ਬਹੁਤ ਬੁਰੀ ਜਿਹੀ ਰੇਂਜ ਬਣੀ ਹੋਈ ਹੈ ਇੱਥੇ ਸੋ ਗੋਲਡ ਇਸ ਰੇਂਜ ਵਿੱਚ ਫਸਿਆ ਹੋਇਆ ਸੋ ਲੈਟਸ ਸੀ ਕਿ ਇਹ ਕਦੋਂ ਅਪਸਾਈਡ ਜਾਂ ਡਾਊਨਸਾਈਡ ਬ੍ਰੇਕ ਹੁੰਦਾ ਲੇਕਿਨ ਕੱਲ ਇੱਥੇ ਇੱਕ ਬਹੁਤ ਵੱਡੀ ਮੂਵਮੈਂਟ ਮਿਲੀ ਸੀਗੀ ਮੈਂ ਉਹ ਮਿਸ ਵੀ ਕੀਤੀ ਠੀਕ ਹੈ ਸੋ ਐਨੀਹਾਊ ਕੀਪ ਵਾਚਿੰਗ ਓਕੇ ਸੋ ਕੀਪ ਟਰੇਡਿੰਗ ਕੰਫੀਡੈਂਸ ਨੂੰ ਰੀਗੇਨ ਕਰਨਾ ਇਸ 빅 ਚੈਲੰਜ ਆਲਵੇਸ ਸੋ ਮੇਕ ਸ਼ੂਰ ਯੂ ਗਾਇਜ਼ ਆਰ ਕੀਪ ਟਰੇਡਿੰਗ ਸੋ ਮਿਲਦੇ ਆ ਜੀ ਸ਼ਾਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ